और फोटो कन्विंस कर लो। नहीं ठीक है, इतनी बड़ी है। आ जाओ फिर एहसान करो, खाना सब ना छे। कोई नहीं मसला, ग्राइया वो आ जा गलत है अपने लगन दिन भी लगा जो देश पर देश में आज योग का किले ये भी छेड़ रहे थे कि आज ये वही मदेन चाहे आए ऐसे ऐसे में बड़े योग के ओ खाते तो साले योग करने हम कब के ना सब गए थे तगे तो नहीं साले इच्छा पोछ के एक भी ध्यान रखना लाल नहीं करे खाते नहीं ना करने शेर सुना छड़ तू मसलियां आवाज ना शेर सुना महफल हुई है ग्राइया आ जा यार महफल बजी के सुना अस गल सुना सस्सी की आखिया सी सस्सी बड़ा कुछ आखिया की आखिया सामने कैमरा लगे है टेंशन नहीं लेनी तू ये दस सस्सी की कहंदी सी सस्सी आखिया जिथे लग गई नहीं उच्ची एक पर उच्ची आवाज करके ना बोल सकदा वीर मेरा इन नहीं उच्ची आवाज करके उस आखिया दसी आखिया जिथे लग गईया पक्की लग गईया नहीं बदल सकता जंगीर मेरा आज बब्बू बकर ही कहनी इतने टोल गेट ले अरे अबू बकर सन छड़ गया तो की ये ग्राइंड नहीं आ गया अस अगर इस डेरे ते किसे ना किसे आऊं नहीं रहा नहीं जी हैं ਬੰਦੇ ਕੋਈ ਬੰਦੇ ਹੁੰਦੇ ਰਹਿੰਦੇ ਨੇ ਬੰਦੇ ਨਾਲ ਜਿਹੜੇ ਮੈਂ ਹਾਂ ਗ੍ਰਾਈਂ ਕਿੱਡਾ ਟ੍ਰੇਂਡ ਹੋ ਗਿਆ ਮੈਂ ਤੁਹਾਨੂੰ ਚਾਹ ਬਣਾਈ ਨਾ ਬਾ ਇੱਥੇ ਆ ਗਰਾਈਆਂ ਮੇਰੇ ਕੋਲ ਗਰਾਈਆਂ ਇੱਥੇ ਬਣੀ ਅੱਜ ਤੋਂ ਆ ਜਿੱਟ ਪਾਈਆਂ ਨਾ ਹੂੰ ਉਹਨੀਆਂ ਤਾਂ ਰੋਟੀਆਂ ਸਾਤਾਂ 2 ਮਿੰਟਾਂ ਚ ਆਇਆ ਅੱਛਾ ਵਕਤ ਤੇ ਤਰੇ ਆ ਸਰ ਤੇ ਆ ਰੋਟੀ ਆ ਵੇਹ ਚੌਥੀ ਗੱਲ ਦੀ ਕਰ ਲੈਂਦੇ ਚੌਥੀ ਮਿਸਾਲ ਲੈ ਲੈ ਵੇਖ ਤੂੰ ਡੱਬੇ ਦੁੱਧ ਪੈਕ ਹੋਇਆ ਪਤਾ ਨਹੀਂ ਕਿੰਨੀਆਂ ਸਾਲਾਂ ਦਾ ਹੋਇਆ ਤਾਂ ਨਹੀਂ ਪਤਾ ਸਾਲੇ ਦਾ ਮਹੀਨੇ ਦਾ ਪੱਤੀ ਕਦਈਓ ਆਈ ਸਾਲਨ ਛੱਡ ਤੂੰ ਲੂਣ ਕਦਈਓ ਆਏ ਕਿੱਥੋਂ ਕਿੱਥੋਂ ਭਰੀਆਂ ਤੂੰ ਚਾਹ ਪਾਣੀ ਕੇ ਸਾਡੇ ਕੋਲ ਆ ਗਈ ਇਹ ਸੀ ਦੂਰੋਂ ਦੂਰੋਂ ਚੀਜ਼ਾਂ ਆਈਆਂ ਨੇ ਫਿਰ ਵੀ ਸਾਡੀ ਚਾਹ ਜੀ ਚਾਹ ਨਹੀਂ ਸਾਡੀ ਚਾਹ ਸਿਰਫ ਬਾਹਰੋਂ ਆਉਂਦੀ ਦੁੱਧ ਘਰੇ ਜਾਂਦਾ ਤੇ ਲੂਣ ਵੀ ਸਾਡੇ ਘਰੇ ਜਾਂਦਾ ਖਰਿਆੜੇ ਪਾੜੀ ਦਾ ਪਤਾ ਕੀ ਇਸ ਗੱਲ ਚਾਹ ਤੇ ਹਰ ਉੱਥੇ ਹੀ ਹੈ ਪਾਕਿਸਤਾਨ ਬੜੀ ਸਾਰੀ ਦੁਨੀਆ ਕਿਉਂ ਗਰਾਈਆਂ ਪਾਕਿਸਤਾਨ ਬੜੀ ਸਾਰੀ ਦੁਨੀਆ ਕਿਸੇ ਕੋ ਪੁੱਛੋ ਨਾ ਅੱਜ ਮੈਂ ਕੀਤਾ ਫੋਨ ਜ਼ੇਬ ਨੂੰ ਜ਼ੇਬ ਨੇ ਫੋਨ ਕੀਤਾ ਤੇ ਮੈਂ ਆਖਿਆ ਚੋਈ ਸਭ ਕੀ ਹਾਲ ਹੈ ਠੀਕ ਹਾਂ ਮੈਂ ਕੀ ਹੋ ਰਿਹਾ ਅਖੇ ਚਾਹ ਪੀ ਰਿਹਾ ਚਾਹ ਦੀ ਗੱਲ ਹੋ ਗਈ ਹੈ ਨਾ ਅਖੇ ਚਾਹ ਪੀ ਰਿਹਾ ਮੈਂ ਕਿਹਾ ਚਾਹ ਪੀ ਰਿਹਾ ਤੂੰ ਇਹ ਗੱਲ ਦੱਸ ਕਿਹੜੀ ਖੁਸ਼ੀ ਚ ਪੀ ਰਹੇ ਆਖੇ ਚਾਹ ਜਿਹੜੀ ਹੈ ਨਾ ਟਾਈਮ ਹੋਇਆ ਚਾਹ ਤਾਂ ਖੁਸ਼ੀ ਕਿਹੜੀ ਚ ਪੀਣੀ ਹੈ ਵੈਸੇ ਮੈਂ ਕਿਹਾ ਮਤਲਬ ਕਿ ਇੱਕ ਆਪਣਾ ਜ਼ਾਤੀ ਕਾਨੂੰਨ ਤੁਸਾਂ ਬਣਾਇਆ ਹੈ ਕਿ ਇਸ ਟਾਈਮ ਮੈਂ ਚਾਹ ਪੀਣੀ ਚਾਹ ਪੀਣੀ ਆ ਪਛੀ ਡਿਗਰੀ ਸਵੇਰ ਪਿੰਦੇ ਨੇ ਤਰਾ ਟਾਈਮ ਟਾਈਮ ਨਾਲ ਇਹ ਅਕਸਰ ਬੰਦਿਆਂ ਟਾਈਮ ਬਣਾਏ ਜਾਂ ਕੋਈ ਅਸ ਗਰ ਜਿਸ ਬੰਦੇ ਚਾਹ ਨਹੀਂ ਪੀਣੀ ਯਾ ਦਿਹਾੜੀ ਲਾ ਕੇ ਉਹ ਨਹੀਂ ਪੀ ਸਕਦਾ
कमा के पैसे जाके वो चीजा लिया के चाह बना के बह के पीवे काम बहुत औखा है। पाकिस्तान आलिया ने एक ही काम होता है वो इस करके चाह कितना टाइम पीनी भाई अली जी लैन चलने जी गड्डी गड्डी है फोन करना है सलाम अलैकुम वालेकुम सलाम लाहौर जाना सी यार की खैर भाई अली आ रहे हैं कुवैत होंगे नी या जर्मनी होंगे नी या कदा यूं किसे प्रदेश साढ़े यार खजल होने लगे बाहर ने मुल्क मोटा दिते आंदे ने जी अरे बाहर भाई आ रहे तू ना लैन जा गड्डी गल इथे रोकू है जेडे लठा लठा पा के ना महीना लग जाना फिर गड्डी करानी है भाई घर छड़न चले पर भाई घर दिले बिच नहीं जो आ रही होनी मैं बाल मुल्क मोटा दिते घट हो जाते बाहर नहीं जरा बाहर कई नसल के बंद होंगे कई कई रेहन के बंदे होंगे ने मेरे जाते बंदा मैं एक मजदूर तार बंदा मालक एक बड़ी अनखुमारी है तो मेरी नजर च मैं कुछ नहीं समझना मैं टका नहीं समझता मैं भांडे धोना तो 500 गाल कट छना मैं 500 गाल कट छना ਉਹ ਮੈਂ ਕੰਮ ਲੱਗੇ ਹੁਣਾਂ ਨੇ ਤਿਰਖਾ ਤਿਰਖਾ ਉਹਦੇ ਮੂੰਹ ਗਾਲ ਨਹੀਂ ਮੈਂ ਨਿਕਲਦੀ ਫਰਕ ਹੈ ਕਿ ਨਹੀਂ ਆ ਰਹੀ ਉਹਦਾ ਵਸ਼ਾਵਾ ਵਾ ਜਣੇ ਦਾ ਸ਼ਾਵਾ ਆ ਬਾਈ ਗ੍ਰਾਂਡ ਪਰ ਹੋ ਜਾਊਗਾ ਇੱਥੇ ਇਹ ਗੱਲ ਜਿਹੜੀ ਮੇਰੀ ਜੇ ਸਮਝ ਨਹੀਂ ਲੈਣੀ ਉਹਦੇ ਵਾਸਤੇ ਫੇਰ ਸਾਰੀ ਇਹ ਗ੍ਰਾਂਗੇ ਨੂੰ ਸਮਝ ਵੀ ਨਹੀਂ ਆਉਣੀ ਨਾ ਫਿਰ ਵੀ ਅਸੀਂ ਮਜ਼ਦੂਰ ਚੰਗੇ ਆ ਮਾਲਕਾਂ ਨਾਲ ਆਉਂਦੇ ਤੇ ਫਿਰ ਵੀ ਸੁਣਦੇ ਆ ਰਹੇ ਨਾ ਮਜ਼ਦੂਰ ਅਸ ਗਰ ਸੀ ਕਿਹੜੇ ਚੰਗੇ ਆ ਅਸੀਂ ਭਾਈ ਟਗੇ ਦੇ ਨਹੀਂ ਸਾਡੀ ਇੰਨੀ ਔਕਾਤ ਨਹੀਂ ਗਲਾਈਆਂ ਠੀਕ ਹੈ ਕਿ ਟਿਕਟ ਲੈ ਕੇ ਬੰਦਾ ਪਾਕਿਸਤਾਨ ਨੇ ਕਸਮ 2 ਮਹੀਨੇ ਛੁੱਟੀ ਕੱਢ ਆਵੇ ਨਹੀਂ ਵਜ੍ਹਾ ਹੁੰਦਾ ਤੇ ਅਸੀਂ ਜਿਹੜੇ ਪਾਕਿਸਤਾਨ ਵਾਸਤੇ ਨਹੀਂ ਜਿਹੜਾ ਉਹ ਆਪ ਤਰਸ ਗਏ ਬਾ ਮੇਰਾ ਤੇ ਕੀ ਵਾਦਾ ਸਮਝੀ ਮੈਂ ਨਾ ਬਾਹਰ ਮੁਲਕਾਂ ਨਾਲੋਂ ਘਰ ਰਹਿ ਰਹੂੰ ਪੁੱਛ ਕਿਸ ਤੋਂ ਬਾਹਰ ਮੁਲਖਾਂ ਬੜੀਆਂ ਤੰਗੀਆਂ ਹੁੰਦੀਆਂ ਨੇ ਇਹ ਨਜ਼ਰ ਨਹੀਂ ਆਉਂਦੀਆਂ ਬੰਦਾ ਸੁੱਤਾ ਰਹਿੰਦਾ ਟੁੱਕਰ ਲੱਭਦਾ ਸਾਰਾ ਕੁਝ ਲੱਭਦਾ ਤੰਗੀਆਂ ਢੇਰ ਸਾਰੀਆਂ ਨੇ ਪਰ ਗੱਲ ਮੇਰੀ ਸਮਝ ਨਹੀਂ ਕੋਈ ਨਹੀਂ ਕਿਸੇ ਨਹੀਂ ਤਜਰਬਾ ਤੁਹਾਡਾ ਦੋਵਾਂ ਪਾਈਆਂ ਇੱਕ ਤੰਗੀ ਵਿੱਚ ਇਹਨਾਂ ਨੂੰ ਸ਼ਾਹਾਂ ਕੱਢ ਕੇ ਵਿਖਾਵਾਂ ਨਾ ਇਹਨਾਂ ਨੂੰ ਸਮਝ ਲੱਗ ਜਾਏ 16 ਸਾਲ ਹੋ ਗਏ ਤੁਹਾਨੂੰ ਯਾਰ 16 ਸਾਲ ਨਾਲ ਮਾਰ ਗੋਲੀ ਤੋਂ 50 ਸਾਲ ਵੀ ਹੋ ਜਾਣ 100 ਸਾਲ ਹੀ ਸਾਨੂੰ ਇੱਥੇ ਹੋ ਜਾਵੇ ਅਸੀਂ ਟਗੇ ਦੇ ਨੇ ਪੁੱਛ ਕੇਸ ਤੋਂ ਬਾ ਨਾ ਅਸੀਂ ਪਾਕਿਸਤਾਨ ਜਾ ਸਕਦੇ ਹਾਂ ਨਾ ਇੱਥੇ ਰਹਿ ਸਕਦੇ ਹਾਂ ਇੱਥੇ ਹੁੰਦੇ ਹਾਂ ਤਾਂ ਆਉਂਦੇ ਹਾਂ ਬਾ ਪਾਕਿਸਤਾਨ ਜਾ ਕੋਈ ਨਹੀਂ ਪਾਕਿਸਤਾਨ ਜਾਂਦੇ ਤਾਂ ਆਉਂਦੇ ਹਾਂ ਤਾਂ ਜਿਹੜਾ ਗੰਢੂ ਮਿਲਕ ਕੋਈ ਨਹੀਂ ਅਸੀਂ ਬਾਹਰ ਚਲੀਏ ਅਸੀਂ ਕਿੱਥੇ ਆ ਗਏ ਹਾਂ ਅਸੀਂ ਭਾਈ ਉਸ ਅਗੇ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਬਾਹਰ ਦਾ ਇੱਕ ਮੁੱਕੀ ਇੱਥੇ ਹੀ ਸਾਡੀ ਜ਼ਿੰਦਗੀ ਹੈ ਭਾਈ ਟੁੱਕਰ ਲੱਭ ਕੇ ਤੇ ਖਾ ਛੜਿਆ ਨਾ ਲੱਭਾ ਤੇ ਆਪਣਾ ਉਂਝ ਲੰਮਾ ਪੈ ਰਿਹਾ ਕਿਹੜੀ ਸਾਡੀ ਜ਼ਿੰਦਗੀ ਹੈ ਹਾਏ ਇੱਕ ਪਾਈ ਕਪੜੇ ਤਣ ਧੋਤੇ ਪਾਈ ਰੱਖਣੇ ਨੇ ਸਾਂ ਤੇ ਦੱਸਿਆ ਸੀ ਗਲਾਈਆਂ ਮੇਰੀ ਗੱਲ ਸੁਣ ਇਮਾਨਦਾਰੀ ਦੀ ਗੱਲ ਹੈ ਉਹ ਇਤਨਾ ਕੁੱਟ ਕੇ ਛੱਡਦੇ ਨੇ ਨਾ ਤੇ ਜਾਨੇ ਮੰਜੀ ਲੱਭੀ ਦੀ ਹੈ ਟਕਰਾਈ ਦਾ ਤੇ ਗਾਲੀ ਕੱਢਦੇ ਆ ਮਾਲਕਾਂ ਨੂੰ ਸਮਝਦਾ ਮਾਲਕ ਆਪਣੇ ਜ਼ਿਲ੍ਹੇ ਨੂੰ ਬੜਾ ਇੰਡੀਆ ਪਾਕਿਸਤਾਨ ਨਹੀਂ ਮਾਲਕ ਕਹਿੰਦੇ ਉਹ ਆਂਦੇ ਨੇ ਬਸ ਹੱਥ ਮਜ਼ਦੂਰ ਰੱਖੇ ਨੇ ਅਸੀਂ ਸ਼ੇਖ ਹਾਂ ਅਸੀਂ ਮਾਲਕ ਹਾਂ ਲੇਕਿਨ ਇਸ ਗੱਲੇ ਦਾ ਨਹੀਂ ਪਤਾ ਉਹਨਾਂ ਨੂੰ
ਉਹ ਮਾਲਕ ਸ਼ਲਕ ਕੋ ਨਹੀਂ ਬਟੇ ਟਕੜ ਮਜ਼ਦੂਰ ਨਾਲ ਗੱਲ ਕਰਦੇ ਫਿਰਦੇ ਨੇ ਪਰ ਗਰਾਈਆਂ ਇਸ ਗੱਲ ਨੂੰ ਛੱਡ ਨਹੀਂ ਇਹ ਗੱਲ ਹੈ ਤੇਰੀ ਮੇਰੀ ਸੁਣ ਨਾ ਇਹ ਮਾਲਕਾਂ ਨੂੰ ਚਾਹੀਦਾ ਮੇਰੀ ਸੁਣ ਮੇਰੀ ਸੁਣ ਤਾਂ ਸਹੀ ਨਾ ਕੀ ਦੀ ਜਗ੍ਹਾ ਤੇ ਦੋ ਬੰਦੇ ਰੱਖ ਲਵਾ ਗਰਾਈਆਂ ਮੇਰੀ ਤਾਂ ਸੁਣ ਨਾ ਚਾਰਾਂ ਨੇ ਕੱਟ ਦੇ ਉਹ ਮੇਰੀ ਤੇ ਸੁਣ ਨਾ ਵਾਰੀ ਤੇ ਕਰ ਨਾ ਕਿ ਤੂੰ ਤੇਰੀ ਸੂਈ ਅੜ ਗਈ ਇਹ ਮਾਲਕਾਂ ਦੇ ਮਾਲਕਾਂ ਨਾਲੋਂ ਮਾਲਕਾਂ ਮਜ਼ਦੂਰ ਹੈ ਬੜੀ ਕਰਦੇ ਨੇ ਮਾਲਕਾਂ ਨਾਲੋਂ ਮਜ਼ਦੂਰ ਹੈ ਚੰਗੇ ਹੁੰਦੇ ਨੇ ਠੀਕ ਹੈ ਅਲੱਗ ਤੈਨੂੰ ਪਤਾ ਹੈ ਮਜ਼ਦੂਰ ਬੰਦੇ ਦੀ ਔਕਾਤ ਕਿਹੜੀ ਹੈ ਭਾਈ ਜੀ ਮਜ਼ਦੂਰ ਦੀ ਔਕਾਤ ਬੜੀ ਹੈ ਸੁਣ ਤੇ ਸਹੀ ਨਾ ਮੈਂ ਆਪਣਾ ਗੱਲ ਕਰਨ ਦਾ ਅੱਜ ਕੱਲ੍ਹ ਛੇੜਨ ਦਾ ਮਕਸਦ ਪਤਾ ਕੀ ਸੀ ਜਾ ਮਕਸਦ ਇਹ ਨਹੀਂ ਸੀ ਕਿ ਮਾਲਕ ਚੰਗੇ ਨੇ ਕਿ ਮਜ਼ਦੂਰ ਚੰਗੇ ਤੂੰ ਗੱਲ ਲੈ ਗਿਆ ਅਸਲ ਮਾਲਕਾਂ ਦੇ ਮਜ਼ਦੂਰੀ ਆ ਤੇਰਾ ਦੇ ਨੇ ਕਰ ਕਰ ਕੇ ਨਾ ਮਜ਼ਦੂਰੀ ਮੈਂ ਤਾਂ ਮੈਂ ਦਿੱਤੀ ਭਾਈ ਤੂੰ ਜ਼ਹਿਨ ਲੈ ਗਿਆ ਮਜ਼ਦੂਰੀ ਚ ਭਾਈ ਜੀ ਜ਼ਹਿਨ ਕਾਹ ਨਾ ਖੜਾ ਮੇਰੀ ਜ਼ਿੰਦਗੀ ਮਜ਼ਦੂਰੀ ਹੈ ਤੇ ਆ ਗਿਆ ਠੀਕ ਹੈ ਜਦ ਮੈਂ ਮਜ਼ਦੂਰੀ ਦੀ ਗੱਲ ਛੱਡ ਦੇਣੀ ਨੇ ਬਾਕੀ ਮੇਰੀ ਰਹਿ ਗਈ ਜਾਣਾ ਮੈਂ ਤਾਂ ਉਹਦੇ ਨਹੀਂ ਗੱਲ ਛੱਡਣੀ ਜਦੋਂ ਮੈਂ ਕਬਰੇ ਜਾਣਾ ਬਾਜੀ ਮੇਰਾ ਮਜ਼ਦੂਰੀ ਤਾਂ ਸਿਰ ਛੁੱਟ ਦਿੱਤਾ ਜਰਾ ਵੇਖ ਨਾ ਆਪਣਾ ਵੀ ਨਹੀਂ ਜਿਹੜਾ ਸਾਹਿਬ ਉਹ ਇਹ ਮਜ਼ਦੂਰ ਨੂੰ ਲੈਣ ਸਿੱਧੀ ਰੱਖਣੀ ਚਾਹੀਦੀ ਹੈ ਸ਼ਾਹਾਂ ਨੇ ਵਿੱਚ ਬਣਨੀ ਚਾਹੀਦੀ ਹੈ ਮਸਲਾ ਪਤਾ ਕੀ ਹੈ ਮਤਲਬ ਪਤਾ ਕੀ ਹੈ ਕਿ ਤੂੰ ਆਪਣੇ ਆਪੇ ਨੂੰ ਐਕਸੈਪਟ ਕਰ ਗਈ ਹੈ ਕਿ ਤੂੰ ਮਜ਼ਦੂਰ ਹੈ ਠੀਕ ਹੈ ਟੱਕ ਕਿਵੇਂ ਨਾ ਕਰਾਂ ਮੈਂ ਤੇ ਇੰਗਲਿਸ਼ ਦਾ ਲਫ਼ਜ਼ ਵੀ ਨਹੀਂ ਹੁੰਦਾ ਬੱਕੀ ਵੇ ਨਾ ਮੰਨਾਂ ਮੈਂ ਨਹੀਂ ਮਜ਼ਦੂਰ ਮੈਂ ਪੜਿਆ ਨਹੀਂ ਪਹਾੜ ਜਹਿਲ ਬੰਦਾ ਮੇਰ ਮੁੱਦਾ ਜਿਹੜਾ ਸਾਰੇ ਸਹੀ ਮਸਲਾ ਅਸਲ ਪਤਾ ਮੇਰ ਮੁੱਦਾ ਕੀ ਦੇਖੋ ਜੀ ਜਿਹੜਾ ਮਸਲਾ ਉਸ ਮਸਲੇ ਤੇ ਆ ਵੀ ਮਸਲੇ ਤੇ ਮਸਲਾ ਅਸਲ ਇਹ ਕਿ ਆਪ ਹੁਣ ਜਿਹੜੇ ਆ ਆਪੇ ਤੈਨੂੰ ਪਤਾ ਹੈ ਉੱਥੇ ਲੋਕਾਂ ਵਿੱਚ ਜਿਹੜਾ ਕਿਹੜਾ ਬੰਦਾ ਚੋਈ ਸਾਹਿਬ ਕੀ ਹਾਲ ਹੈ ਜਾ ਮਜ਼ਦੂਰੀ ਆਪਣੀ ਵੀ ਤੂੰ ਵੇਖੀ ਹੈ ਜਰਨ ਦਾ ਆਇਆ ਆਪ ਲੱਗੇ ਆ ਜਾ ਮਜ਼ਦੂਰਾ ਹਾਰੀ ਕਰੀ ਦੀ ਹੈ ਜਾ ਪਰ ਉਹ ਲੱਭੜਦਾਰੀ ਸਿਰ ਨਹੀਂ ਛੱਡਦੀ ਜਾ ਠੀਕ ਹੈ ਆਪੇ ਨੇ ਇਸ ਗੱਲ ਦਾ ਵੀ ਪਤਾ ਹੈ ਇਸ ਲੱਭੜਦਾਰੀ ਚ ਤੈਨੂੰ ਪਤਾ ਆਪੇ ਨੇ ਦਿਲਚਸਪੀ ਵੀ ਕੋਈ ਫਾਇਦਾ ਵੀ ਕੋਈ ਫਾਇਦਾ ਵੀ ਕੋਈ ਔਰ ਆਪੇ ਨੇ ਇਸ ਲੰਬੜਦਾਰੀ ਵਿੱਚ ਦਿਲਚਸਪੀ ਵੀ ਕੋਈ ਲੰਬੜਦਾਰੀ ਸੁਭਾਅ ਵੀ ਐਡਾ ਕੋਈ ਠੀਕ ਹੈ ਆਪਣੀ ਖੁਆਇਸ਼ ਤੇ ਅਸੀਂ ਟੋਟਲ ਇਤਨੀ ਇਤਨੇ ਸਾਲ ਪ੍ਰਦੇਸ਼ ਕੱਟ ਛੜਿਆ